विसाखी का मेला दिखा दिए तुहानू। मेरे नाल गभरू एक इत्थे मैनू टक्कर गया। किहड़ा पिंड है पुत्त? सरहाली। सरहाली, हाँ जी। ये कित्थे है पुत्त? ये है तरन तारण दे लागे। तरन तारण दे लागे मेला वेखण आया सी। मेरे नाल आ मुंडा इत्थे मैनू टक्कर गया ते मेरे कोले ही फिरदा सीगा ते मैं इहनू बेनती कीती वी अज मेरे नाल मेला च गेड़ा दवा दे। ਬਾਈ ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹੋਰ ਠੀਕ ਹੈ ਬਾਈ ਜੀ? ਬੜੀ ਕਿਰਪਾ ਲਈ। ਸ਼ੁਕਰ ਹੈ, ਸ਼ੁਕਰ ਹੈ ਬਾਈ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਠੀਕ ਹੋ ਬਾਈ? ਵਧੀਆ ਵਧੀਆ। ਹਾਂ, ਰਹਿ ਤਾਂ ਨਹੀਂ ਗਿਆ ਵੀਰੇ ਕੋਈ? ਹੋਰ ਠੀਕ ਹੈ, ਠੀਕ ਹੈ। ਹੋਰ ਸੁਣਾਓ ਕਿਵੇਂ? ਵਧੀਆ। ਦੇਖੋ ਕਿਹੜਾ ਤੁਸੀਂ, ਅਸੀਂ ਮੈਂ ਦੇਖ ਲਈਏ ਲੋਕਾਂ ਦੇਖਣਾ ਵਿਸਾਖੀ ਵਾਲਾ ਮੇਲਾ ਤੇ ਅਸੀਂ ਤੇਰੀ ਤੋਰ ਵੇਖਣੀ। ਹਾਂ, ਅਸੀਂ ਤੇਰੀ ਤੋਰ ਵੇਖਣੀ ਆ। ਹਾਂ ਜੀ, ਇਧਰਲੇ ਪਾਸੇ ਨੂੰ ਟੈਂਟ ਟੁੱਟ ਬੜੇ ਸੋਹਣੇ ਲਾਇਆ। ਉਹ ਬੰਦੇ ਫਿਰਦੇ ਆ ਭਾਈ, ਬੰਦੇ ਪ੍ਰੀਤ ਆਪਣੇ ਘੋੜੇ ਆਏ ਆ ਮੰਡੀ। ਆ ਮੈਂ ਬਸ ਠੀਕ, ਬਸ ਠੀਕ ਆ, ਬਸ ਠੀਕ ਆ। ਓਏ ਆ ਭਾਈ, ਬੰਦੇ ਨਾ ਮੇਰੇ ਤੇ ਤਰਾਜ ਕਰਦੇ ਸੀਗੇ ਬਈ ਇਹ ਬੰਦਾ ਉਧਰੋਂ ਉਧਰੋਂ ਮੁੜ ਜਾਂਦਾ। ਐਵੇਂ ਹੋਈ ਸੀ ਨਾ ਗੱਲ ਇੱਕਦੀ ਬਾਈ? ਸਤਿ ਸ਼੍ਰੀ ਅਕਾਲ। ਤੇ ਹੋ ਗਿਆ ਕੁਦਰਤੀ, ਮੈਨੂੰ ਸਿਆਣ ਆ ਗਈ ਵੀਰੇ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਾਈ ਜੀ, ਠੀਕ ਹੋ? ਹਾਂ, ਲੈ ਉਹ ਖੜਾ ਆਪਣਾ ਖੁਆਬ ਉਧਰ ਖੜਾ ਭਾਈ ਜੀ, ਲੁਪ ਹੋ ਗਏ। ਹਾਂ, ਇਹ ਤਾਂ ਮਿਲ ਲਏ ਜੀ, ਇਹਨਾਂ ਦੇ ਚਰਨਾਂ 'ਚ ਬੈਠੇ ਆਏ, ਇਹਨਾਂ ਦੇ ਚਰਨਾਂ 'ਚ ਬੈਠੇ ਆਏ। ਹਾਂਜੀ, ਤੇ ਆਹ ਖੋਲ ਲਓ ਬਾਈ, ਕਰਦੇ ਖੋਲ ਲਓ, ਜਿਵੇਂ ਤੁਹਾਡੀ ਇੱਛਾ ਉਵੇਂ ਕਰ ਲਓ। ਹਾਂ ਬਈ, ਟਰੌਣਕਾਂ ਲੱਗੀਆਂ ਪਈਆਂ, ਬਹੁਤ ਵਧੀਆ ਕਮਾਲ ਮੇਲਾ ਬਾਈ। ਸਤਿ ਸ਼੍ਰੀ ਅਕਾਲ ਜੀ। ਬਾਈ ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ ਬਾਈ? ਗੁਰਦੇਵ ਬਾਈ, ਕਿਵੇਂ ਰੌਣਕ ਰੂਣਕ, ਫਿਰ ਕਿਵੇਂ ਫੋਨ ਫਾਨ, ਕੀ ਹੋਇਆ? ਵਧੀਆ ਜੀ, ਮੈਂ ਤਾਂ ਥੋੜਾ ਜਿਹਾ ਬਿਜ਼ੀ ਸੀ, ਐਤਕੀ ਮੇਰੇ ਕੋਲ ਇੱਥੇ ਬੈਠਾ ਨਹੀਂ ਗਿਆ। ਹਾਂ ਵੀ, ਚਲੋ ਆਪਾਂ ਪਰਸੋਂ ਦੇ ਆਏ ਹੋਏ। ਉਹਦੇ ਦਿੱਲੀ ਸੀ ਤੁਸੀਂ ਜਦੋਂ ਵੀਡੀਓ ਪਾਈ ਆ, ਹਨਾ? ਜੀ ਹਾਂ ਜੀ, ਉਧਰ ਬਹੁਤੇ ਬਿਜ਼ੀ ਸੀ, ਮੈਂ ਇੱਕ ਵਾਰੀ ਖੋਲਦਾ ਨਹੀਂ ਘੋੜਾ। ਖੁਆਬ ਹੋਣਾ ਦਾ ਸਾਹਮਣੇ, ਹੈਂ ਸਾਹਮਣੇ ਹੁਸਨ ਹੋਣਾ ਦਾ। ਉਧਰ ਚੱਲਦੇ ਆਪਾਂ ਮਾੜਾ ਜਿਹਾ। ਇਹ ਉਹਦੇ ਨੂੰ ਖੋਲਦੇ ਘੋੜਾ? ਹਾਂ, ਆਹ ਸੇ ਆ ਗਿਆ, ਉਹ ਤਾਂ ਪਾ ਲਿਆ। ਉਹ ਕਿੱਡੇ ਹਿੰਮਤੀ ਬੰਦਾ, ਉਹ ਕਿੱਥੇ ਟਲਦਾ। ਲੈ ਬਾਈ, ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਕਰ ਲਾ ਸ਼ੁਰੂ ਪੁੱਤ, ਕਰ ਲਾ ਕਰ ਲਾ ਕਰ ਲਾ, ਆਪਾਂ ਹੋਲਡਰ ਪਾਉਂਦੇ ਹਾਂ, ਵੇਖਦੇ ਹਾਂ ਘੋੜਾ। ਹਾਂ, ਕਰ ਲਾ ਸ਼ੁਰੂ, ਕਰ ਲਾ ਪੁੱਤ, ਕਰ ਲਾ। ਆਹ ਘੋੜਾ ਤੁਹਾਨੂੰ ਆਪਾਂ ਦਿਖਾਇਆ ਸੀ, ਖੁਆਬ ਅਲੀ ਸ਼ਾਨ ਦਾ ਪੁੱਤ ਆ। ਅਲੀ ਸ਼ਾਨ ਦੇ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ, ਮੇਰੀ ਨਿਗਾਹ ਦੇ ਵਿੱਚ, ਚਾਰ ਪੁੱਤ ਆ। ਇੱਕ ਸਿਕੰਦਰ ਘੋੜਾ, ਇੱਕ ਦਿਲਬਾਗ, ਇੱਕ ਕਾਲਾ ਘਾਂਟਾ ਅਤੇ ਇੱਕ ਖੁਆਬ। ਹਾਂ, ਆ ਲੈ, ਉਦੋਂ ਨਾਲੋਂ ਕਰੰਟ ਦਾ ਬਹੁਤ ਫਰਕ ਪੈ ਗਿਆ, ਹੈਨਾ? ਮੰਡੀ ਦਾ ਤੇ ਚਾਹ ਹੀ ਆਪਣਾ, ਮੰਡੀ ਦਾ ਬਹੁਤ ਚਾਹ ਮੰਨਦਾ ਇਹ ਬਈ। ਨਹੀਂ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਮੰਡੀ ਦਾ ਚਾਹ ਮੰਨਦਾ ਬਈ ਦੇਵਤਾ। ਇਹ ਪਹਿਲੀ ਵਾਰ ਮੰਡੀ 'ਚ ਸ਼ੋਅ ਕੀਤਾ ਜੀ ਆਪਾਂ? ਮੰਡੀ, ਮੰਡੀ 'ਚ ਇੱਕ ਤੂੰ ਦਿਖਾਇਆ? ਪਹਿਲੀ ਵਾਰ ਜੀ, ਪਹਿਲੀ ਵਾਰ ਹਜੇ ਤੱਕ ਤਾਂ ਘਰੇ ਰਿਹਾ। ਇਹਦੀ ਪਹਿਲੀ ਮੰਡੀ ਆ ਜੀ, ਇਹ ਵਿਸਾਖੀ ਮੰਡੀ ਅੰਮ੍ਰਿਤਸਰ ਦੀ। ਤੇ ਮਾਲਕ ਦੀ ਕਿਰਪਾ ਨਾਲ ਰੌਣਕ ਵੀ ਇੱਧਰ ਨੂੰ ਮਾੜੀ ਜਿਹੀ ਰੌਣਕ ਦਿਖਾਈ ਲੈ, ਘੋੜੇ ਦੇ ਦਾਲੇ ਰੌਣਕ ਆ, ਇਹ ਨਹੀਂ ਗੱਲ। ਆਹ ਦੇਖ, ਹੈ ਮੇਲੇ ਨੂੰ ਖਿੱਚ ਰਿਹਾ ਯਾਰ, ਮੇਲੇ ਨੂੰ। ਗੁਰਦੇਵ ਵੀ ਖਿਲਾਏ ਉਹ ਨੀਲੀ। ਤੇ ਇਹ ਮੁੰਡੇ ਨੇ, ਗੁਰਦੇਵ ਨੇ ਯਾਰ ਬਹੁਤ ਕੰਮ ਦੀਆਂ ਗੱਲਾਂ ਕੀਤੀਆਂ ਸੀ ਆਪਣੇ ਇੰਟਰਵਿਊ ਚੈਨਲ ਤੇ ਪਈ ਆ, ਨਵਿਆਂ ਬੰਦਿਆਂ ਲਈ ਕਿਵੇਂ, ਨਵੇਂ ਬੰਦਾ ਕਿਵੇਂ ਪਰਖੇ ਘੋੜਾ ਕਿ ਕਿੰਨੇ ਦਾ, ਉਹ ਗੱਲਾਂ ਮੁੰਡੇ ਨੇ ਕੀਤੀਆਂ। ਫਿਰ ਉਸ ਤੋਂ ਬਾਅਦ ਬਹੁਤ ਤਜਰਬੇ ਜ਼ਿੰਦਗੀ ਦੇ ਸਾਂਝੇ ਕੀਤੇ। ਤੇ ਗੁਰਦੇਵ ਬਾਈ, ਇੱਕ ਤੇਰੇ ਵਾਲੀ ਗੱਲ ਤੇ ਨਾ, ਉਹ ਸਨੀ ਦਰਾਹੇ ਵਾਲਿਆਂ ਨਾਲ ਮੈਂ ਗੱਲ ਕੀਤੀ ਸੀ ਜੀ, ਤੇ ਉਹ ਕਹਿੰਦੇ ਵੀ ਗੁਰਦੇਵ ਤੇਰੇ ਨਾਲ ਗੱਲ ਵੀ ਕਰਨਗੇ ਜੀ, ਉਹ ਕਹਿੰਦੇ ਗੇਮ ਕਰਾਉਂਦੇ ਆ ਬਾਈ ਨਾਲ ਗੱਲ ਕਰਕੇ। ਠੀਕ ਹੈ ਜੀ, ਆਪਾਂ ਐਂਡਿਓਰੈਂਸ ਦੀ ਗੱਲ ਕੀਤੀ। ਹਾਂ, ਤੇ ਉਹਨਾਂ ਨੇ ਘੋੜਿਆਂ ਨੂੰ ਥੋੜਾ ਜਿਹਾ ਐਂਡਿਓਰੈਂਸ ਵੱਲੋਂ ਪ੍ਰਮੋਟ ਕਰੀਏ, ਉਹਨਾਂ ਨੇ ਉਹਦੀ ਤੇਰੀ ਗੱਲ ਤੋਂ ਉਹਨਾਂ ਨੇ ਗੌਰ ਕੀਤਾ ਜੀ, ਉਹ ਕਹਿੰਦੇ ਗੁਰਦੇਵ ਨਾਲ ਗੱਲ ਕਰਦੇ ਆ। ਠੀਕ ਹੈ ਜੀ, ਤੇ ਸ਼ਾਇਦ ਉਹ 8ਵੇਂ 9ਵੇਂ ਮਹੀਨੇ ਦੇ ਵਿੱਚ ਗੇਮ ਕਰਾਉਣਗੇ। ਓ ਵੈਰੀ ਗੁੱਡ, ਜ਼ਰੂਰ ਜ਼ਰੂਰ ਹੋਣੀ ਚਾਹੀਦੀ ਹੈ। ਮਤਲਬ ਤੇਰੇ ਕਹੇ ਦੋ ਸ਼ਬਦਾਂ ਦਾ ਅਸਰ ਹੋਇਆ ਯਾਰ ਕਿਤੇ ਯਾਰ, ਹੈਨਾ? ਬਿਲਕੁਲ ਜੀ, ਕਿਤੇ ਨਾ ਕਿਤੇ ਆਪਾਂ ਕੋਈ ਗੱਲ ਕਹੀ ਹੁੰਦੀ ਆ ਤਾਂ ਸੁਣਦੇ ਜ਼ਰੂਰ ਨੇ ਲੋਕ। ਯਾਰ ਬੀ ਆਪਾਂ ਬੀ ਪਾ ਦਿੰਨੇ ਆ ਤੇ ਉਹ ਬੀ ਕਿਤੇ ਨਾ ਕਿਤੇ ਤਾਂ ਬਾਹਰ ਆਉਂਦਾ। ਹਾਂ, ਆਉਂਦਾ ਹੀ ਆ ਨਾ, ਚੰਗਾ ਬੀ ਬੀਜੋ ਯਾਰ, ਹੈਨਾ? ਹੋਰ ਕਿਵੇਂ ਲੱਗੀ ਮੰਡੀ ਦਾ ਮਾਹੌਲ? ਮੈਂ ਨਾ ਵੀ ਮੈਂ ਹਜੇ ਗੇੜਾ ਦਿੱਤਾ ਨਹੀਂਗਾ ਪੂਰਾ, ਮੈਂ ਆ ਕੇ ਬੜਿਆ ਹੀ ਆ, ਬਸ ਸਾਰਿਆਂ ਨੂੰ ਪਹਿਲਾਂ ਤੇਰੇ ਕੋਲੇ ਆਇਆ। ਠੀਕ ਹੈ ਜੀ, ਇੱਥੇ ਆ ਗਿਆ ਕਿਉਂਕਿ ਪਿਛਲੀ ਵਾਰ 22 ਦਾ ਲੰਬਾ ਸੀ ਆਪਣੇ ਵੱਡੇ ਦਾ। ਹਾਂਜੀ ਹਾਂਜੀ, ਉਹਨੇ ਤੁਸੀਂ ਐਂ ਜੇ ਲੰਘ ਜਾਂਦੇ ਇਹ ਵੀ ਤੁਸੀਂ ਦੇਖਿਓ ਜ਼ਰੂਰ। ਹਾਂ, ਇਹਦਾ ਕੱਦ ਕਾਰਡ ਦੇਖਿਓ ਜੀ, ਇਹਦੀ ਨਸਲ ਦੇਖੋ ਪਿੱਛੇ ਨੀਲੀ ਆ। ਏ ਬੇਟਾ, ਏ ਬੇਟਾ, ਬਸ 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 ਬਸ, ਆ ਲਿਆਏ ਆ ਬਈ। ਹਾਂ, ਬਹੁਤ ਬਹੁਤ ਸੋਹਣੀ ਘੋੜੀ ਆ ਬਈ, ਵੇਖੋ ਜੀ, ਬਹੁਤ ਹਾਈਟ ਆ।
घोड़ी तो असि मेरे नाल लगन ता ही दस दी गुरदेव की दी है बच्ची की दी है हैं भाई एक मिनट भाई आ जा गुरदेव नूं पुछदे आ बहुत बड़ी घोड़ी गुरदेव की 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 दी बच्ची है कोई है अंदाजा जी आपां नूं इहदा आईडिया नहीं कोई है केड़े घोड़े दी होगी जी आपां इह घोड़ी खरीदी है जी इहदी खासियत वेख के घोड़ी तो कोई शक नहीं तुसीं पैरां तों शुरू कर लईए जी ਜਿੱਡਾ ਵੱਡਾ ਦਾ ਸੁੰਬ ਹੈ ਆਮ ਘੋੜੇ ਦਾ ਸੁੰਬ ਵੀ ਏਡਾ ਮੁਸ਼ਕਲ ਨਾਲ ਹੁੰਦਾ ਹਾਂ ਫਿਰ ਇਹਦੀ ਤੁਸੀਂ ਛਾਤੀ ਦੇਖੋ ਜੀ ਆ ਜਿਹੜਾ ਹੰਨਾ ਹੈ ਆ ਘੋੜਿਆਂ ਵਰਗਾ ਹੰਨਾ ਲੱਗਿਆ ਤੇ 65 ਇੰਚ ਕੱਦ ਹੈ ਜਿਹਦੇ ਧੌਣ ਦੀ ਲੰਬਾਈ ਜਰਾ ਇੱਥੋਂ ਤੱਕ ਨਿਕਲ ਮਾਰਿਓ ਮਗਰ ਨੂੰ ਵੀ ਲੈਂਥ ਪਿੱਛੋਂ ਵੀ ਲੰਬਾਈ ਜੀ ਪੁੱਠਾ ਹਰ ਚੀਜ਼ ਇਹਦੀ ਐਕਸਟਰਾ ਗੱਬਣ ਇਹ ਜਿੱਥੋਂ ਤੱਕ ਮੇਰੀ ਸਮਝ ਹੈ ਜੀ ਪੰਜਾਬ ਦੀ ਇੱਕ ਆਪਣੀ ਨਸਲ ਸੀ ਦੇਸੀ ਨਸਲ ਇਹ ਉਹ ਦੇਸੀ ਪੰਜਾਬੀ ਨਸਲ ਦੀ ਘੋੜੀ ਹੈ ਤੇ ਪੰਜਾਬੀ ਨਸਲ ਦੇ ਘੋੜੇ ਵੱਡੇ ਅੰਗਾਂ ਪੈਰਾਂ ਦੇ ਮਜ਼ਬੂਤ ਹੁੰਦੇ ਪਹਿਲਵਾਨ ਘੋੜੇ ਪਹਿਲਵਾਨ ਘੋੜੇ ਇਹ ਉਹ ਚੀਜ਼ ਹੈ ਜੀ ਤੇ ਦੁੱਲੇ ਤੋਂ ਗੱਬਣ ਹੈ ਜੀ ਇਹ ਦੁੱਲੇ ਤੋਂ ਘੋੜੇ ਤੋਂ ਨੀਲੇ ਘੋੜੇ ਤੋਂ ਗੱਬਣ ਹਾਂਜੀ ਆਪਣੇ ਮੱਝੂ ਕਿਹਾ ਮੱਝੂ ਕਿਹਾ ਮੱਝੂ ਘੋੜੇ ਤੋਂ ਗੱਬਣ ਹੈ ਜੰਦ ਪੂਰੇ ਪੰਜਾਬ ਨਸਲ 'ਚ ਪੂਰਾ ਹੀ ਬੱਚਾ ਹੋਊਗਾ ਪਿਓਰ ਪਿਓਰ ਪੰਜਾਬ ਨਸਲ ਹੈ ਜੀ ਪੰਜਾਬੀ ਬੱਚਾ ਹੋਊਗਾ ਪੂਰਾ ਪੰਜਾਬੀ ਬੱਚਾ ਚਲੋ ਸ਼ੁਕਰ ਆਪਣੀ ਨਸਲ ਹੈ ਇਹ ਵੀ ਕਰਦੀ ਨਸਲ ਹੈ ਜੀ ਹਾਂ ਸੋ ਇਹਦੀ ਲਾਈਨ ਤੇ ਇਹਦੀ ਇਹਨੂੰ ਕੀ ਕਹਿੰਦੇ ਮੱਖੀ ਇਹ ਮੱਖੀ ਚੀਨੀ ਕਹਿ ਦਿੰਦੀ ਹੈ ਜੀ ਰੰਗ ਇਹ ਇਹਨੂੰ ਬਹੁਤ ਇਹ ਪੁਰਾਣਾ ਰੰਗ ਹੁੰਦਾ ਸੀ ਇਹਨੂੰ ਬਹੁਤ ਪਿਆਰਾ ਮੰਨਦੇ ਹਨਾ ਪਿਆਰਾ ਮੰਨਦੇ ਸੀ ਹਾਂ मालिक दया कर देखो रौनक लगे पार है घोड़िया दाले करते बी तेरी ठीक है बनी है सोहनी बनी है पता लगता ठीक है जोदा रे सोने मैं बी सतवीर तो पी आया रोटी राटी खाया बी सत ठीक है आ जा पुत आ जा सुने दो फोटो खिंचे यार गल कोई आ ले 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 हां प्रीत आ पुत आ सुने आ ले दो खिंच यार गल कोई वीडियो ही बन जाती है ले हैं ओ वीडियो बनी जाती है प्रीत कोले ओए मूहरों भी फ्लैश मारदा ओए इहदे वाला फोन आ ले पुत ओहो ठीक है पुत क्यों ठीक है हाँ ठीक है वीरे सत्या भाई सत्या और भाई कैम आ जाओ वीरे आ जाओ आई नहीं आ जाओ भाई सत अगे तो शौकीन ओदा वेखी अज सीधा ही वेख लगे चलिए प्रीत चलिए हुसन हुणा दे खड़े घोड़े ओ सामने राजदूत हाथी घोड़ा हाथी घोड़े का बच्चा दो दंद सभराव आले शान भाई सत श्रीकाल बच गया उदू बाद सही हो गया चलो कोई ना रौनक मेला
सारे मुल्क नूं गर्मी लगदी ते आ मफलर लई खड़ा सही गल प्रौने हुंदा वी मेरा उही बकार जा बणिया रहा वी मैं अड जा देखदा हां इह फिर रजाई लै के बह जा आ गया भाजी बहुत बार तक आ गई ये रजाई वी लै के सो नाल कबीर दे हलके जो सही गल तुसीं माड़ी गल कीती बंदा हराता साडा आजो 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 चलिए प्रीत चंगी रौनक बड़ी बड़े जीप गड्डी बड़ी खड़ी ओए हाँ हाँ ओए प्रीत देख आ पुत आज अपनी तो साड़ी तो गल ही रहेगी सी बेचाले फिर मेला वेखन कि में आया सी सोने हाँ माड़ा मोटा मेरी पुछ पड़ताल नहीं मेनू कौन पुछदा सही गल आऊगी 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 भाई जब बनूगी तो जरूर आऊगी भाई सत श्री अकाल भाई सत श्री अकाल आजो भाई आजो और वीर ओ राह परे कर दो राह परे कर आजो राह कर दो परे राह कर दो परे और ठीक है भाई भाई सत श्री अकाल और ठीक है भाई आजो 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 तेरी उंगली है मेरे हिसाब ना कैमरे ते हां सही गल उंगली दी ना खिच के लै जी आ जा आहो सही गल माल सारा जी आज माड़ा जहां दिखा दो अज माल लेके आए हैं सारा चल भाई कदों दे रब जी हां मैं आए नू बिंद झट्टी होया अच्छा भोजन छक आए हां भोजन छक आए चुप ऐ चढ़दी कला चा मंदा के ठंडा पूरा अज दी डेट च ते तेखा मंडी दी हां अजे सौदे अजे निक्की हुंदी आ पर निक्कियां च भी तेखा पूरा तेजा काम बहुत तेजा जी तेजा कल एक आम नुकरा घोड़ा जेड़ा ओ एवें बिल्कुल निकाले बिछेरा 1.5 लाख रुपए दा विके नुकरा आम बिल्कुल नुकरा जा ते आ भाई ब्लाक ना तरा ओया घोड़े दा प्रीत है भाई सत श्री अकाल अपना भाई खिचदा भाई तेरा घोड़ा यार मालिक की कृपा दाते दी भाई खिचना भी चाहिए बंदे भी घेंट आए ठीक है भाई बड़ा यार मालिक की कृपा ना यार बड़ा है वेख प्रीत दिखता वो ये प्रिंस की गर्दन होंगी डोडा वाले दी आए कि बच्चा है भाई अबोर वाले का बच्चा है हाँ बहुत चंगा घोड़ा चाचा तेरा बहुत चंगा घोड़ा ते बछेरी हैगी अपने कोले रखन ही आ नहीं देनी हां होर भाई कह भाई गिल्लां दा शेरबाज पहलवाना वाला बाबा फिर पूरा तेज आ कम है पूरी पूरी तेखा जिनी अगे तो ज्यादा यार का तिखी है मंडी
ਬਸ ਐਰਕਾ ਇੱਕ ਕਮੇਟੀ ਬਣ ਕੇ ਮੰਡੀ ਲੱਗੀ ਆ ਜੀ ਐਰਕਾ ਵੇਖੋ ਤੁਸੀਂ ਵੀ ਆਏ ਆ ਪਿਛਲੀ ਵਾਰ ਵੀ ਜੀ ਉਦੋਂ ਪਿਛਲੀ ਵਾਰੀ ਐਰਕਾ ਮੰਡੀ ਕਿੰਨੀ ਲੰਬੀ ਹੋ ਗਈ ਹੈ ਜੀ 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 ਅਗਲੀ ਵਾਰੀ ਨੂੰ ਮੰਤਰੀ ਸਾਹਿਬ ਆਏ ਇੱਥੇ ਜੀ ਤੇ ਸਾਰਾ ਹੀ ਪੱਕਾ ਕਰਕੇ ਨਾ ਬਾਜ਼ਾਰ ਹਾਂ ਜੀ ਭਾਈ ਸਾਹਿਬ ਠੀਕ ਹੈ ਜੀ ਠੀਕ ਹੋ ਭਾਈ ਸਤਿ ਸ਼੍ਰੀ ਅਕਾਲ ਭਾਈ ਹਾਂ ਠੀਕ ਹੈ ਭਾਈ ਠੀਕ ਹੈ ਸ਼ੁਕਰ ਮਾਰਕ ਸ਼ਾਦਾ ਬਣ ਸਕਿਆ ਹਾਂ ਸ਼ੁਕਰ ਹੈ ਸ਼ੁਕਰ ਹਾਂ ਵਧੀਆ ਜਾਂਦਾ ਰਹੇ ਬੁਲਾਉਣਾ ਜੀ ਹੋਂ ਧੰਨਵਾਦ ਜਰੂਰ ਜਰੂਰ ਭਾਈ ਜਰੂਰ ਆਵਾਂਗੇ ਜਰੂਰ ਜੀ ਆਪਣੇ ਕੋ ਜਰੂਰ ਆਵਾਂਗੇ ਜਰੂਰ ਆਵਾਂਗੇ ਜਰੂਰ ਹਾਂ ਠੀਕ ਹੈ ਭਾਈ ਹਾਂ ਪਾਪਾ ਜੀ ਇਧਰੋਂ ਮਾੜਾ ਜਿਹਾ ਗੇੜਾ ਮਰਾ ਦਿਓ ਮੈਂ ਕਹਿੰਦਾ ਐ ਨੂੰ ਮਾੜਾ ਜਿਹਾ ਇਹਨਾਂ ਨੇ ਇਤਰਾਜ ਕਰ ਦੇਣਾ ਅੱਗੇ ਲੋਕ ਇਤਰਾਜ ਕਰਨੇ ਮੁਰਕੇ ਆਉਂਦੇ ਨੇ ਬਾਬਾ ਜੀ ਸਤਿ ਸ੍ਰੀ ਅਕਾਲ ਭਾਈ ਤੁਹਾਡੀ ਬੜੀਆਂ ਸੋਹਣੀਆਂ ਵੀਡੀਓ ਵੇਖੀ ਸੀ ਭਾਈ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਦੇਖੀ ਸੀ ਭਾਈ ਸਤਿ ਸ੍ਰੀ ਅਕਾਲ ਹੋਰ ਕਹਿੰਦੇ ਬਹੁਤ ਵਧੀਆ ਚੀਜ਼ ਵਿਖਾਉਣਾ ਜਿਉਂਦਾ ਰਹੇ ਭਾਈ ਬੜੀਆਂ ਬੜੀਆਂ ਹਾਂਜੀ ਆ ਜੋ ਜੀ ਇਹ ਫੋਟੋ ਰੱਖ ਲੈ ਹਾਂ ਭਾਈ ਫੋਟੋ ਕਰਾਉਣੀ ਆ ਜਾ ਵੀਰੇ ਆ ਜਾ ਹੋਰ ਭਾਈ ਕਹਿੰਦੇ ਨੂੰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਤੁਹਾਨੂੰ ਵੀਡੀਓ ਦੇਖਦੇ ਰਹੀਦੀਆਂ ਜੀ ਜੀ ਐਕਟੀ ਮੰਡੀ ਬਾਬਾ ਜੀ ਸਾਰੀ ਇੱਧਰ ਹੀ ਕਰਤੀ ਮੰਡੀ ਐਰਕਾ ਨਾ ਕੀ ਕੀਤਾ ਕਿ ਆਪਣੀ ਕਮੇਟੀ ਬਣਾ ਕੇ ਕੁਝ ਆਪਾਂ ਆਪਣੇ ਕੋਲੋਂ ਪਾ ਦੇਣਾ ਪੈਸੇ ਹਾਂਜੀ ਸਾਰੇ ਵੀਰਾਂ ਦੇ ਨਾਲ ਜੀ ਜਿੰਨੇ ਕਮੇਟੀ ਦੇ ਮੈਂਬਰ ਬਣੇ ਆ ਜਿੰਨੇ ਵੀ ਵੀਰ ਸਾਰੇ ਘੋੜੇ ਪਾਲਕ ਮਾਝੇ ਦੇ ਜੀ ਉਹਨਾਂ ਦੀ ਸਾਰਿਆਂ ਦੀ ਦੇਣ ਕਰਕੇ ਨਾ ਕੁਝ ਠੇਕੇਦਾਰਾਂ ਦੇ ਨਾਲ ਮਤ ਕਰਕੇ ਜੀ ਕੁਝ ਕੁੱਤਾਂ ਕਰਕੇ ਸਾਰੇ ਪਲੇਨ ਕਰਾਤਾ ਹਾਂ ਮੈਨੂੰ ਜਗ੍ਹਾ ਮਿਲੀ ਆ ਘੋੜਾ ਬੜਾ ਚੰਗਾ ਬਾਈ ਪੰਨੂ ਸਟਡ ਫਾਰਮ ਵਾਲਿਆਂ ਦਾ ਸਿਕੰਦਰ ਹੈ ਘੋੜਾ ਚੰਗਾ ਬੜਾ ਗੁਲਾਬੀ ਗੁਲਾਬੀ ਆ ਹੈ ਬਾਬਾ ਜੀ ਇਹ ਬਾਬਾ ਜੀ ਮੱਝਾਂ ਦੀ ਉੱਧਰ ਕਰਤੀ ਮੱਝਾਂ ਦੀਆਂ ਮੱਝਾਂ ਦੀ ਉੱਧਰ ਕਰਤੀ ਅੱਗੇ ਮੱਝਾਂ ਤੇ ਘੋੜਿਆਂ ਦੀ ਰਲਮੀ ਜੀ ਹੁੰਦੀ ਆ ਅੱਗੇ ਮਿਕਸ ਜਿਹਾ ਹੁੰਦਾ ਨਾ ਗਾਵਾਂ ਗੂਆਂ ਵਿੱਚੇ ਆਈ ਜਾਂਦੀਆਂ ਉਹਨਾਂ ਦਾ ਠਈਆ ਵੀ ਵੱਖਰਾ ਬਣਾਤਾ ਠੀਕ ਆ ਜੀ ਠੀਕ ਆ ਇੱਧਰ ਨੂੰ ਬਹੁਤ ਚੰਗਾ ਮਾਹੌਲ ਬਣਿਆ ਵਾ ਬਾਬਾ ਅੱਜ ਮੰਡੀ ਵੱਧ ਭਰੀ ਆ ਕੱਲ੍ਹ ਭਰੀ ਬਾਈ ਸਤਿ ਸ਼੍ਰੀ ਅਕਾਲ ਕਦੇ ਤੁਹਾਨੂੰ ਫੇਸ ਤੇ ਵੇਖੀਦਾ ਸੀ ਆਜੋ ਆਜੋ ਭਾਈ ਫੋਟੋ ਕਰਾਉ ਭਾਜੀ ਨਾਲੇ ਹੋਰ ਬਾਈ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋਏ ਤੁਹਾਡੀ ਮੈਂ ਬਹੁਤ ਫੈਨ ਆ ਤੁਹਾਡੀਆਂ ਵੀਡੀਓ ਵੇਖਦਾ ਰਹਿੰਦਾ ਮੈਨੂੰ ਵੀ ਜਾਨਵਰਾਂ ਦਾ ਸ਼ੌਂਕ ਆ ਫੋਟੋ ਖਿਚਾਉਣ ਦਾ ਤੁਹਾਡੀ ਵੀਡੀਓ ਵੇਖ ਕੇ ਨਾ ਕਿਵੇਂ ਆ ਵੀਰੇ ਚਾਹ ਚਲ ਤੇ ਉਹ ਵਿਸ਼ੇਰਾ ਤਾਂ ਤੇਰੇ ਨਾਲ ਵੀਰੇ ਹਾਂ ਅੱਛਾ ਤੇਜ ਵਾਲੇ ਕੋਟ ਦਾ ਜੀ ਵੀਰੇ ਜੀ ਕ੍ਰਿਸ਼ਨ ਵਾਲੇ ਕੋਟ ਦਾ ਇਹ ਤਾਂ ਬਲਾ ਵੱਡਾ ਬੰਦਾ ਓਏ ਹੈ ਇਹਨੂੰ ਟੋਏ ਤੇ ਖੜਾ ਰੋ ਹਾਂ ਸਹੀ ਗੱਲ ਆ ਜੀ ਬਾਈ ਮੇਰੀ ਵਾਲੀ ਦਾ ਜੇ ਡੋਡਾਂ ਵਾਲੀ ਦਾ ਡੋਡਾਂ ਵਾਲੇ ਵਾਲੀ ਦਾ ਭਾਈ ਡੋਡਾਂ ਵਾਲਿਆਂ ਦੀ ਵੀਡੀਓ ਕਰਕੇ ਆਇਆ ਸੀ ਕੱਲ ਪਰਸੋਂ ਹਾਂ ਪੁੱਤ ਖਾਂਦਾ ਨਹੀਂ ਕੀ ਗੱਲ ਆ 23 ਮਹੀਨੇ ਛੋਟਾ ਬੱਚਾ ਹੀ ਉਮਰ ਹੂੰ ਵੱਡਾ ਕੋੜਾ ਬਣ ਗਿਆ ਫਿਰ ਤਾਂ ਪਰ ਤੇਰੇ ਕੋਲੇ ਛੋਟਾ ਲੱਗੂਗਾ ਤੂੰ ਨਾ ਨੇੜੇ ਖੜਾ ਕਰ ਹੈਨਾ ਟੋਏ ਚ ਖੜਾ ਕਰ ਹਾਂ ਇਹ ਘੋੜੇ ਨੂੰ ਉੱਤੇ ਹਾਂ ਸਹੀ ਗੱਲ ਆ ਇਹ ਤਾਂ ਥੱਲੇ 2-3 ਫੁੱਟ ਥੱਲੇ ਖੜਾ ਘੋੜੇ ਦੇ ਬਰਾਬਰ ਆ ਹੈਨਾ ਮਾਲਕ ਦੀ ਕਿਰਪਾ ਸੋਹਣਾ ਕਰਦਾ ਬਾਈ ਤੇਰਾ ਦਾਤਾ ਜਵਾਨ ਆ ਤੂੰ ਜਿਉਂਦਾ ਰਹਿ ਚਲੀਏ ਪੁੱਤ ਮਾਰਾਂਗੇ ਭਾਈ ਨੂੰ ਠੀਕ ਹੈ ਵੀਰੇ ਠੀਕ ਹੈ ਜ਼ਰੂਰ ਵੀਰੇ ਜ਼ਰੂਰ ਹਾਂ ਠੀਕ ਹੈ ਵੀਰੇ ਓ ਬਾਈ ਜਾਂਦਾ ਰਹਿ ਲੈਂਦੀਆਂ ਘੋੜੀਆਂ ਮੈਂ ਕੱਲ ਓ ਮੁਰਲੇ ਬਲੇ ਮੇਰਾ ਠੀਕ ਹੈ ਬਾਬਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਠੀਕ ਹੈ ਹਾਂ ਉੱਤੇ ਰਹਿਣਾ ਸੁੱਖੀ ਜਿੰਦੂਰੀ ਸੀ ਹਾਂਜੀ ਬਾਈ ਬਾਈ ਸਤਿ ਸ੍ਰੀ ਅਕਾਲ ਹਾਂਜੀ ਉੱਤੇ ਰਹਿਣਾ ਜੇ ਆ ਨਾ ਹਾਂ ਬਸ ਉੱਤੇ ਉੱਤੇ ਬਾਈ ਫਿਰ ਵਿੱਚ ਜਾਵਾਂਗੇ ਤਾਂ ਟਾਈਮ ਬਹੁਤ ਲੱਗ ਜੂਗਾ ਪ੍ਰੀਤ ਕੋਲੇ ਯਾਰ ਭਾਰ ਬਹੁਤ ਚੱਕਿਆ ਹੁੰਦਾ ਯਾਰ 2-3 ਕਿਲੋ ਦਾ ਤਾਂ ਕੈਮਰਾ ਹੀ ਆ ਉਹਦਾ ਚੱਕਿਆ ਵਾ ਹੈਂ ਜੈ ਜੈ ਮੈਂ ਉਧਰ ਵੀ ਜੈ ਵੀਰ ਆ ਫਿਰਦਾ ਹੋਰ ਇੱਕ ਬਾਬੇ ਕਮਲਜੀਤ ਦਾ ਘੋੜਾ ਪ੍ਰੀਤ ਇਹਨੂੰ ਕਿਹਾ ਸੀਗਾ ਵੀਡੀਓ ਕਰਾ ਲਾ 14 ਤਰੀਕ ਨੂੰ ਇਹ ਭਾਈ ਸੱਚ ਇੱਥੇ ਫਿਰਦਾ ਚੱਲ ਕੋਈ ਨਾ ਸਾਨੂੰ ਵੀ ਇੱਥੇ ਆਉਣਾ ਪੈ ਗਿਆ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰ ਆ ਜਾ ਬਾਈ ਆ ਜਾ ਭਾਈ ਜੀ ਮੈਂ ਵੀਡੀਓ ਵੇਖਦਾ ਰਹਿਣਾ ਸਾਰੀਆਂ ਇੱਕ ਉਦਾਂ ਕਹਦੇ ਭਾਈ ਠੀਕ ਹੈ ਵੀਰ ਹੋਰ ਵੀਰ ਜੀ ਬਾਈ ਠੀਕ ਹੈ ਪਛਾਣਿਆ ਕਿ ਨਹੀਂ ਜੋਲਾਮੁਖੀ ਹਾਂ 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 ਠੀਕ ਠਾਕ ਆ ਹੁਣ ਸਿਆਣ ਆ ਗਈ ਦੇਖੋ ਤੇ ਲਿਆਏ ਨਹੀਂ ਫਿਰ ਜਵਾਲਾਮੁਖੀ ਲੈਂਦੇ ਆ ਜੀ ਲੈਂਦਾ ਲਿਆਂਦਾ ਬਾਈ ਹੁਣ ਤਾਂ ਲਿਆਉਣ ਦੀ ਤੁਹਾਨੂੰ ਲੋੜ ਵੀ ਹੈ ਨਹੀਂ ਏਡੀ ਹੈਨਾ ਹਾਂਜੀ ਪਰ ਘਰ ਦੀ ਮੰਡੀ ਹੀ ਨਹੀਂ ਛੱਡੀ ਜਾਣੀ ਹਾਂ ਉਹ ਵੈਸੇ ਉਹ ਇਹਨਾਂ ਨੂੰ ਲੋੜ ਹੈ ਨਹੀਂ ਕਿ ਜਵਾਲਾਮੁਖੀ ਵਾਲਿਆਂ ਬਾਬਾ ਕਮਲਜੀਤ ਕਿੱਧਰ ਉੱਠ ਗਿਆ ਠੀਕ ਆ ਜੀ ਆਇਓ ਵੀਰ ਜੀ ਅੱਛਾ ਆ ਵਿਛੇਰਾ ਲਿਆਂਦਾ ਕਾਲਾ ਬਾਬੇ ਨੇ ਹੈ ਇਹ ਲਿਆਂਦਾ ਇਹ ਮੱਜੂ ਕਹਿਣ ਵਾਲਾ ਹਾਂਜੀ ਨਾਗ ਦਾ ਨਾਗ ਦਾ ਮੱਜੂ ਕਹਿਣ ਵਾਲੇ ਦਾ ਭਾਈ ਦੱਸਦਾ ਹੈ ਭਾਈ ਖੜਾ ਹਾਂ ਠੀਕ ਹੈ ਭਾਈ ਬਾਈ ਹਾਂਜੀ ਹਾਂਜੀ ਉੱਥੇ ਆਇਓ ਹਾਂ ਬਾਬਾ ਜੀ ਕੋਈ ਗੱਲ ਨਹੀਂ ਕੋਈ ਹਾਂ ਠੀਕ ਹੈ ਵੀਰੇ ਹਾਂ ਬਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋਰ ਕਾਇਮ ਹਾਂ ਵਧੀਆ ਵਧੀਆ ਹਾਂ ਤੇ ਆਹ ਵੇਚਣ ਵਾਸਤੇ ਲਿਆਂਦੇ ਵੇ ਜਾਨਵਰ ਕਿਸੇ ਦੇ ਹਨਾ ਹੋਰ ਵੀਰੇ ਠੀਕ ਆ ਮਾੜੀ ਜੀ ਵੀਡੀਓ ਬਣਵਾ ਲਈਏ ਮੰਡੀ ਦੀ ਆ ਮਾਫੀ ਚਾਹੁੰਦਾ ਹਾਂ
ਮੁਕਸਰ ਮੰਡੀ ਮਾਗੀ ਤੇ ਕਿੰਨੀ ਠੰਡ ਹੋ ਜਾਂਦੀ ਭਾਜੀ ਉਹ ਬਾਹਲੀ ਠੰਡ ਚ ਹੁੰਦਾ ਉਦੋਂ ਵੀ ਜਾਨਵਰ ਢਿੱਲੇ ਹੁੰਦੇ ਆ ਆਪ ਗਰਮੀ ਵਾਲੀ ਹੁੰਦੀ ਹੈ ਇੱਥੇ ਹਨਾ ਐਰਕਾ ਮੌਸਮ ਬਰਸਾਤ ਨਹੀਂ ਨਾ ਹੋਈ ਹਾਂ ਐਰਕਾ ਜਿਆਦੀ ਇਸ ਤਰ੍ਹਾਂ ਦੀ ਗਰਮੀ ਪੈਣ ਦੀ ਬਰਸਾਤ ਤਾਂ ਚਲ ਹੁਣ ਮਾਲ ਕਿਰਪਾ ਕਰੇ ਨਾ ਹੀ ਪਾਵੇ ਬਾਬਾ ਹੁਣ ਉਧਰ ਚਲ ਗਏ ਫਰੀ ਤਾਂ ਆਪਾਂ ਇਧਰ ਗੇੜਾ ਜਿਹਾ ਕੱਢ ਲਿਆ ਹੈ ਬਾ ਉਧਰ ਲੱਗੇ ਪਾਸੇ ਗੇੜਾ ਜਿਹਾ ਕਢਾ ਦਈਏ ਇੱਕ ਆ ਜਾਓ ਕੱਟ ਲਾ ਕਰਤੀ ਲੈ ਬਈ ਮੰਡੀ ਦਾ ਥੋਥੋ ਸਾਰੀ ਦਾ ਤਾਂ ਨਹੀਂ ਗੇੜਾ ਜਾਇਆ ਜਾਣਾ ਕਢਾਇਆ ਨਹੀਂ ਜਾਣਾ ਮੈਂ ਤੁਹਾਨੂੰ ਮੋਟਾ ਮੋਟਾ ਗੇੜਾ ਕਢਾ ਦਿੰਦਾ ਵੈਸੇ ਤਾਂ ਆਪ ਆ ਕੇ ਦੇਖਣ ਵਾਲੀ ਚੀਜ਼ ਹੁੰਦੀ ਆ ਮੰਡੀ ਉਧਰਲੇ ਪਾਸੇ ਪ੍ਰੀਤ ਹੀਰੇ ਹੋਣੀ ਆ ਓਏ ਬੋਤਿਆਂ ਵਾਲੇ ਓ ਦੇਖ ਓਏ ਓ ਸੇ ਆ ਜਾ ਸੇ ਇਹਦੀ ਚੱਲਦੇ ਬਾਬਾ ਸੇ ਉਦੋਂ ਨੂੰ ਤਾਂ ਮੇਲਾ ਲੰਘ ਜਾਣਾ ਆ ਜਾ ਪ੍ਰੀਤ ਆ ਜਾ ਆਓ ਉਹ ਨੰਗ ਲੈਣ ਦੋ ਭਰਾਵੋ ਇਹ ਬੰਦੇ ਕੌਣ ਆ ਭਾਈ ਮੈਂ ਬਸ ਕਰਕੇ ਪ੍ਰੀਤ ਹੈ ਬਸ ਆਹ ਕੁਛ ਹੀ ਆ ਹੈ ਜੇ ਆਪਾਂ ਪੰਜ ਚਾਰ ਮਿੰਟ ਯਾਰ ਵੱਧ ਕੈਮਰਾ ਚਲਾਈ ਰੱਖਿਆ ਨਾ ਤਾਂ ਉਹਨਾਂ ਨੇ ਘੋੜੇ ਦੀ ਨਾਸ ਮਾਰ ਦੇਣਗੇ ਮਾੜੀ ਜੀ ਨਾਰਮਲ ਜੀ ਹੈ ਨਾ ਕਿਉਂਕਿ ਹਰੇਕ ਬੰਦੇ ਨੂੰ ਐਂ ਹੁੰਦਾ ਕਿ ਮੇਰਾ ਘੋੜਾ ਵੱਧ ਦਿਸੇ ਅਤੇ ਉਹਦੇ ਨਾਲ ਅਗਲਾ ਘੋੜੇ ਨੂੰ ਨਚਾਈ ਜਾਊਗਾ ਅਤੇ ਇਹ ਵੀ ਆਪਣੇ ਲਈ ਆਪਾਂ ਨੂੰ ਮਾੜੀ ਗੱਲ ਹੋਊਗੀ ਕਿ ਆਪਣਾ ਕਰਕੇ ਕਿਸੇ ਦਾ ਘੋੜਾ ਇੰਨਾ ਜ਼ਿਆਦਾ ਕੰਮ ਕਰੇ ਵੈਸੇ ਤਾਂ ਘੋੜੇ ਨੂੰ ਕੰਮ ਕਰਨ ਨਾਲ ਕੁਛ ਨਹੀਂ ਹੁੰਦਾ ਘੋੜਾ ਤੰਦਰੁਸਤ ਹੀ ਹੁੰਦਾ ਪਰ ਫਿਰ ਵੀ ਮੈਨੂੰ ਐਂ ਲੱਗਿਆ ਕਿ ਯਾਰ ਗਰਮੀ ਬਹੁਤ ਆ ਹੈ ਨਾ ਵੀ ਗਰਮੀ ਬਹੁਤ ਆ ਗਰਮੀ ਦੇ ਨਾਲ ਔਖਾ ਹੁੰਦਾ ਆਪਾਂ ਲੈ ਵੀ ਸੱਜਣੋ ਮੰਡੀ ਤੁਹਾਨੂੰ ਸਾਰੀ ਦਿਖਾਤੀ ਆ ਬਹੁਤ ਸਾਰੇ ਸੱਜਣ ਲਾਂਭਾ ਦਿੰਦੇ ਸੀ ਕਿ ਅੰਮ੍ਰਿਤਸਰ ਦੀ ਮੰਡੀ ਨਹੀਂ ਵਿਖਾਈ ਮੰਡੀ ਨਹੀਂ ਵਿਖਾਈ ਅਤੇ ਮੈਂ ਅਗਲੀ ਮੰਡੀ ਤੁਹਾਨੂੰ ਮੱਝਾਂ ਦੀ ਦਿਖਾਊਂਗਾ ਰੇਟ ਰੂਟ ਵੀ ਪੁੱਛ ਕੇ ਦੱਸਦਾ ਤੁਹਾਨੂੰ ਮੱਝਾਂ ਦੇ ਕੀ ਚੱਲਦੇ ਆ ਆਜੋ ਆਜੋ ਬਾਈ ਫੋਟੋ ਖਿੱਚੋ ਆਜੋ ਆਜੋ ਸੋਹਣਿਆ ਆ ਇੱਧਰ ਖਿੱਚੋ ਇੱਧਰ ਖਿੱਚ ਅਗਲੇ ਬੰਨੇ ਜਾਊਂਗਾ